ਸੋ ਵੀਰੇ ਤੁਸੀਂ ਪ੍ਰੋਪਰਟੀਆਂ ਕਿੱਦਾਂ ਬੜੇ ਪ੍ਰੋਪਰਟੀ ਵੀਰੇ ਇਦਾਂ ਰਿਹਾ ਕਿ ਅ ਰੋਸਨ ਐਜੂਕੇਸ਼ਨ ਸੈਕਟਰ ਇਨ ਇੰਡੀਆ ਤੇ ਕੋਵਿਡ ਦੇ ਟਾਈਮ ਜਦ ਕੋਵਿਡ ਪੀਕ ਤੇ ਸੀਗਾ ਤੇ ਮੈਨੂੰ ਓਪਰਚੁਨਿਟੀ ਮਿਲੀ ਮੈਨੂੰ ਅੱਧਾ ਅਕਰਾ ਮੇਰੇ ਇੰਟਰਵਿਊ ਲੈ ਰਿਹਾ ਨਹੀਂ ਇਧਰ ਹੀ ਫਲੋ ਸਟਾਰਟ ਹੋ ਗਿਆ ਟੈਨਸ਼ਨ ਨਾ ਲੋ ਫੇ ਮੈਨੂੰ ਫ ਓਪਰਚੁਨਿਟੀ ਮਿਲੇ ਕਿ ਦੁਬਈ ਤੇ ਰੀਅਲ ਏਸਟੇਟ ਕਰਨ ਦੀ ਤੇ ਉਸ ਟਾਈਮ ਸੀਗਾ ਪੀਕ ਕੋਵਿਡ ਤੇ ਉੱਥੇ ਹਾਲਾਤ ਵਧੀਆ ਨਹੀਂ ਸੀਗੇ ਇੰਡੀਆ ਚ ਜੌਬ ਵਗੈਰਾ ਦੇ ਤੇ ਮੈਂ ਕਿਆ ਯਾਰ ਕਾਰੇ ਮੈਂ ਸੋ ਮੈਂ ਚੌਥੇ ਨੰਬਰ ਤੇ ਹੋਂਦਾ ਮੈਂ ਰਿਸਕ ਲੈ ਸਕਦਾ ਜੋ ਵੀ ਮੈਂ ਕਰਨਾ ਚਾਹਣਾ ਕਰ ਸਕਦਾ ਤੇ ਮੈਂ ਕਿਹਾ ਚਲ ਚਲਦੇ ਆ ਮੇਰਾ ਇੱਕ ਮੇਰੇ ਨਾਲ ਦੋਸਤ ਸੀਗਾ ਮੈਂ ਕਿਹਾ लेट्स गो टू डू I mean no first time na kisne siblings on the fayda dassya ਹਾਂ ਸਹੀ ਗੱਲ ਹੈ ਮੇਰੇ ਬਹੁਤ ਮौज ਰਹੀ ਹੈ ਐਕਚੁਅਲੀ ਤੇ ਤਾਂ ਕਰਕੇ ਤੇ ਮੈਂ ਇਸ ਵਿੱਚ ਕਿਹਾ ਮੈਂ ਜਾ ਰਿਹਾ ਮੈਂ ਜਾਣੇ ਦੁਬਈ ਉਹ ਕਹਿੰਦੇ ਕਿਉਂ ਜਾਣਾ ਦੋ ਚਾਰ ਗੱਲਾਂ ਪੁੱਛੇ ਫਿਰ ਕਹਿੰਦੇ ਜਾ ਕਰ ਦੇ ਕਹਿੰਦੇ then i shifted to dubai real estate start ਕੀਤਾ it was वेरी डिफिकल्ट इनिशियली ओबियसली हर चीज़ डिफिकल्ट कुछ महीने तक छः सत्त अठ नौ महीने तक इट वॉज़ डेड बहुत डिफिकल्ट बट आई लर्न अलॉट काफ़ी कुछ सीखा मैं है hmm. कभी डिटेल चंकी तरह दसूँगा मैं ठीक है कि बट इट वॉज अ वेरी गुड अपस एंड डाउन बहुत बड़े बड़े थे तो सैवन एट मंथ तक इतने रहा उस इट्स स्टार्ट कि थोड़ा बहुत शुरू हो गया काम होना शुरू हो गया